ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਸਾਰੇ ਕੀ ਕਹਿੰਦੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ। ਹਾਂਜੀ ਹਾਂਜੀ, ਔਖਾ ਸਵਾਲ ਹੈਗੀ ਹੈ। ਆਈ ਨੋ, ਕਈ ਕਿਸਮ ਦੇ ਇਦਾਂ ਹੋਰ ਪੇਰੈਂਟਸ ਵੀ ਨਾ ਇਹ ਫੀਲ ਕਰਦੇ ਹੋਣਗੇ। ਕਈ ਰੀਜ਼ਨ ਹੋ ਸਕਦੇ ਆ, ਤੇ ਮੈਂ ਕਹਾਂਗੀ ਆਪਣੇ ਆਪ ਨੂੰ ਕਨਵਿੰਸ ਕਰਨਾ ਪਏਗਾ, ਸਮਝਾਉਣਾ ਪਏਗਾ। ਜਿਹੜੀ ਬੇਟੀ ਦੀ ਖੁਸ਼ੀ ਹੈਗੀ ਆ ਉਹ ਟਾਪ ਪ੍ਰਾਇਓਰਟੀ ਰੱਖਣ। ਇਹ ਵਿਆਹ ਦਾ ਉਹ ਡਿਟਰਮਿੰਡ ਹੈਗੀ ਆ, ਉਹ ਪਿੱਛੇ ਹਟਣ ਵਾਲੀ ਨਹੀਂ ਹੈਗੀ। ਜੇ ਇਹਨਾਂ ਨੂੰ ਮੁੰਡਾ ਪਸੰਦ ਹੈਗਾ, ਮੁੰਡੇ ਵੱਲ ਦੇਖਣ, ਬੱਚਿਆਂ ਦੀ ਖੁਸ਼ੀ ਦੇਖਣ। ਤੇ ਗੱਲ ਬਹੁਤ ਚਿਰ ਪਹਿਲਾਂ ਦੀ ਹੋ ਗਈ, ਠੀਕ ਆ, ਉਹ ਹੋ ਗਿਆ ਤੇ ਠੀਕ ਆ। ਹੁਣ ਉਤੋਂ ਪ੍ਰਾਪਤੀ ਬਣਾ ਕੇ ਰੱਖਿਆ ਹੋਊਗਾ, ਪਰ ਜੇ ਹੁਣ ਮੈਰਿਜ ਤੇ ਗੱਲ ਆ ਰਹੀ ਆ ਤੇ ਕੁੜੀ ਇਹੀ ਚਾਹੁੰਦੀ ਹੈਗੀ ਆ, ਫੇਰ ਯੂਨੋ ਜੇ ਤਾਂ ਇਹਨਾਂ ਦੇ ਦਿਲ ਚ ਕੁਛ ਗੱਲਾਂ ਹੈਗੀਆਂ ਤੇ ਉਹ ਬੈਠ ਕੇ ਆਈ ਥਿੰਕ ਮੁੰਡੇ ਦੇ ਪੇਰੈਂਟਸ ਨਾਲ ਗੱਲ ਕਰ ਸਕਦੇ ਆ, ਪਰ ਉਹਦੇ ਨਾਲ ਕੋਈ ਬਹੁਤਾ ਫਾਇਦਾ ਤਾਂ ਹੋਣਾ ਨੀ। ਕੋਈ ਪੁਰਾਣੀਆਂ ਗੱਲਾਂ ਲਿਆਣੀਆਂ ਹੁਣ ਨਾ, ਤੇ ਬਿਜ਼ਨਸ ਦਾ ਤਾਂ ਕੁਛ ਹੈ ਨੀ ਰਾਈਟ ਨਾ। ਪਰ ਉਹ ਪਤਾ ਲੱਗ ਗਿਆ ਜੇ ਮੁੰਡੇ ਦਾ ਨੇਚਰ ਵੱਖਰਾ ਹੈਗਾ ਪੇਰੈਂਟਸ ਦਾ, ਤੇ ਮੁੰਡਾ ਇਹਨਾਂ ਨੂੰ ਪਸੰਦ ਹੈਗਾ, ਤੇ ਆਪਣੇ ਆਪ ਨੂੰ ਸਮਝਾਉਣਾ ਪਏਗਾ ਤੇ ਸਮਹਾਉ ਕੋਈ ਰਿਸ਼ਤਾ ਜਿੱਥੇ ਬੱਚੇ ਖੁਸ਼ੀ ਹੈਗੇ ਆ ਨਾ, ਜੇ ਉਹ ਟਾਪ ਪ੍ਰਾਇਓਰਟੀ ਰੱਖਣਗੇ ਤੇ ਆਈ ਥਿੰਕ ਪੇਰੈਂਟਸ ਦਾ ਠੀਕ ਹੈ ਇਹਨਾਂ ਨਾ ਬਣਾ ਸਕਣ, ਪਰ ਜਿਸ ਤਰ੍ਹਾਂ ਇਹਨਾਂ ਨੂੰ ਠੀਕ ਲੱਗਦਾ ਹੈਗਾ ਕੰਟੈਕਟ ਰੱਖਣਾ ਬਣਾਉਣਾ, ਤੇ ਉਸ ਤਰ੍ਹਾਂ ਰੱਖ ਸਕਦੇ ਆ। ਦੇ ਕੇਨ ਜਿਹੜੀ ਬਾਉਂਡਰੀਜ਼ ਹੈਗੀ ਆ ਇਹ ਪੇਰੈਂਟਸ ਕੁੜੀ ਦੇ ਰੱਖ ਸਕਦੇ ਆ, ਪਰ ਆਪਣੀ ਕੁੜੀ ਦੀ ਖੁਸ਼ੀ ਟਾਪ ਤੇ ਰੱਖਣ ਬੈਸਟ। ਠੀਕ ਹੈ ਜਸਪ੍ਰੀਤ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਆ। ਥੈਂਕ ਯੂ ਸੋ ਮਚ ਕਿ ਪ੍ਰਾਇਰਟਾਈਜ਼ ਜ਼ਰੂਰ ਕਰਨ ਇਸ ਵੇਲੇ ਸੋਚ ਲੈਣ ਕਿ ਹਾਂ ਉਹ ਭਲੇ ਹੈ, ਫਿਰ ਅਕੋਰਡਿੰਗਲੀ ਡੀਲ ਕਰਨ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਜੋਗਿੰਦਰ ਜੀ ਕੀ ਕਹਿੰਦੇ ਹੋ? ਦੇਖੋ ਜਿਸ ਟਾਈਮ ਇਹਨਾਂ ਦਾ ਆਪਸ ਚ ਓਪੀਨੀਅਨ ਸੀਗਾ, ਫਿਰ ਇਹਨਾਂ ਦੀ ਅਣਬਣ ਹੋਈ, ਉਸ ਟਾਈਮ ਜਿਹੜੀ ਉਹ ਬੇਟੀ ਸੀ ਬਹੁਤ ਛੋਟੀ। ਹਾਂਜੀ, ਕੋਸ਼ਿਸ਼ ਉਹ ਕਰੋ ਸਾਰੀ ਗੱਲਾਂ ਉਹਨੂੰ ਦੱਸ ਕੇ ਤੇ ਸਮਝਾਓ, ਤੇ ਉਹਦੀ ਉਹ ਮਦਰ ਹੈਗੀ ਆ ਉਹ ਸਮਝਾਏ ਸਾਰੀ ਗੱਲ। ਜੇ ਨਾ ਮੰਨੇ ਅੜੀ ਰਹੇ ਕਰ ਕੀ ਕਰ ਸਕਦੇ, ਅਮਰੀਕਾ ਹੈਗਾ ਇੰਡੀਆ ਤਾਂ ਹੈ ਨੀ, ਫਿਰ ਉਹਦਾ ਹੋਣ ਜੋ ਕਿਸਮਤ ਚ ਹੋ ਜਾਓ। ਕੋਸ਼ਿਸ਼ ਕਰੋ ਸਾਰੀਆਂ ਜਿਹੜੀਆਂ ਪਿਛਲੀਆਂ ਉਹ ਗੱਲਾਂ ਉਹ ਦੱਸੋ ਉਹਨੂੰ, ਵੀ ਐਂ ਕੀਤਾ ਇਹਨਾਂ ਨੇ ਐਂ ਕੀਤਾ, ਜੇ ਫਿਰ ਵੀ ਉਹ ਨਹੀਂ ਮੰਨਦੀ ਫਿਰ ਛੱਡ ਦੋ ਇੱਥੇ, ਆਪਣਾ ਜ਼ਬਰਦਸਤੀ ਨਹੀਂ ਹੋ ਸਕਦੀ ਇੱਥੇ ਤਾਂ। ਜਿਵੇਂ ਉਹ ਕੁੜੀ ਉਹ ਕਹੇ, ਜੇ ਫਰਜ਼ ਕਰੋ ਇਹ ਕਹਿੰਦੇ ਨੇ ਵੀ ਅਸੀਂ ਨਹੀਂ ਮੰਨਦੇ, ਤੂੰ ਨਾ ਵਿਆਹ ਕਰਾ, ਅਸੀਂ ਨਹੀਂ ਆਉਂਦੇ, ਅਸੀਂ ਨਹੀਂ ਮਿਲਦੇ, ਉਹ ਚਲੀ ਜਾਏਗੀ ਉਹ ਘਰੋਂ, ਉਸ ਤੋਂ ਵੀ ਉਹ ਮਾੜਾ ਹੈਗਾ। ਬੱਚਾ ਪਾਲਿਆ ਹੈਗਾ, ਉਹ ਪੜਾਇਆ ਹੈਗਾ ਤੇ ਵੱਡਾ ਉਹ ਕੀਤਾ, ਜੇ ਉਹ ਛੱਡ ਜੇ ਉਹ ਸਾਰੀ ਉਮਰ ਦਾ ਉਹ ਰੋਣਾ। ਜੇ ਬਿਨਾਂ ਸਮਝਾਇਆ ਇਹਨੂੰ ਕੋਈ ਪਤਾ ਨੀ ਹੈਗਾ, ਇਹਨੇ ਐ ਕਰ ਲਿਆ, ਹੁਣ ਜੇ ਖੈਰ ਕੋਸ਼ਿਸ਼ ਤਾਂ ਕੀਤੀ ਹੋਣੀ ਇਹਨਾਂ ਨੇ ਸਮਝਾਉਣ ਦੀ, ਪਰ ਕੋਈ ਮਾਂ ਬਾਪ ਐਸਾ ਨੀ ਹੈਗਾ ਵੀ ਇਹਨੇ ਆਪਣਾ ਟੀਵੀ ਚੈਨਲ ਤੱਕ ਸਾਡੇ ਤੱਕ ਉਹ ਗੱਲ ਆਵੇ ਤੇ ਉਸ ਤੋਂ ਪਹਿਲਾਂ ਸਮਝਾਵੇ ਨਾ। ਜੀ ਬਿਲਕੁਲ, ਫਿਰ ਵੀ ਇੱਕ ਵਾਰੀ ਫਿਰ ਤੁਸੀਂ ਕਾਲ ਬੈਕ ਕਰ ਸਕਦੇ ਹੋ ਪਲੀਜ਼, ਤੁਹਾਡੀ ਆਵਾਜ਼ ਨਹੀਂ ਆ ਰਹੀ, ਧਿਆਨ ਦਿਓ ਕਾਲ ਵੱਲ। ਹੈਲੋ, ਹਾਂਜੀ ਕੌਣ ਬੋਲ ਰਹੇ ਜੀ? ਟੀਵੀ ਤੋਂ ਹਟ ਕੇ ਫੋਨ ਤੇ ਸਾਡੇ ਨਾਲ ਗੱਲ ਕਰੋ। ਹੈਲੋ, ਮੈਨੂੰ ਆਪਣੇ ਹੀ ਆਵਾਜ਼ ਆ ਰਹੀ ਹੈ, ਸੋ ਨਿਊ ਵਿਊਅਰਸ ਨੂੰ ਰਿਕੁਐਸਟ ਹੈ ਪਲੀਜ਼ ਜਦੋਂ ਕਾਲ ਮਿਲਦੀ ਹੈ ਫੋਨ ਤੇ ਸਾਡਾ ਜਵਾਬ ਦਿਆ ਕਰੋ, ਉਹ ਟੀਵੀ ਨੂੰ ਮਿਊਟ ਕਰ ਦਿਆ ਕਰੋ, ਵੋਲਿਊਮ ਘੱਟ ਕਰ ਦਿਆ ਕਰੋ ਜਾਂ ਦੂਰ ਹੋ ਜਾਇਆ ਕਰੋ। ਹੈਲੋ, ਪਲੀਜ਼ ਟੀਵੀ ਵੱਲ ਧਿਆਨ ਛੋੜ ਕੇ ਫੋਨ ਵੱਲ ਧਿਆਨ ਦਿਓ। ਹੈਲੋ, ਥੈਂਕ ਯੂ ਅਰਵਿੰਦ ਜੀ, ਪ੍ਰਿੰਦਰ ਆਲੂ ਬੋਲਿਆ।
थैंक यू फॉर कॉलिंग वृंदर जी, दसो की हाल हो, वेले हो गए तुसी, फीफा कप वर्ल्ड कप भी हो गया, वर्ल्ड कप हो गया, आज जो थर्ड वनडे गेम देख रहे हैं सीखा होने, वो भी खत्म हो गया। ओके, सो गुड फॉर अस कि तुसी अवेलेबल हो हुन साडे वास्ते। हुन अवेलेबल हां जी, मैं स्पोर्ट्स जो तो नहीं हुंदे फिर अवेलेबल हां। आई नो, थैंक यू सो मच फॉर जॉइनिंग अस। दसो, वेलकम जी, दसो की कहंदे हो इहनां नूं? हां जी, मेरा पर्सपेक्टिव इस सारी गल दा ये है जी कि ये देखो प्लस पॉइंट है कि फैमिली दोनों एक दूजे नूं जानदे ने, इकट्ठे बिजनेस कर चुके ने जी। ਹੁਣ ਜੇ ਬਿਜ਼ਨਸ ਠੀਕ ਚੱਲਦਾ ਹੋਵੇ ਤੇ ਛੋਟੀ ਮੋਟੀ ਗੱਲਾਂ ਵੀ ਬਰਦਾਸ਼ਤ ਹੋ ਜਾਂਦੀਆਂ, ਜਦੋਂ ਨਾ ਠੀਕ ਚੱਲੇ ਫਿਰ ਗੁਲਾਮੇ ਹੁੰਦੇ ਨੇ ਕਿ ਜੀ ਉਹਨਾਂ ਨੇ ਮੇਰੇ ਨਾਲ ਚੁਕਾਈ ਕੀਤੀ ਹੈ ਤੇ ਅਸੀਂ ਉਹਨਾਂ ਨਾਲ ਕੀਤੀ, ਉਹ ਤੁਹਾਡੇ ਬਾਰੇ ਸੋਚਦੇ ਹੋਣੇ, ਤੁਸੀਂ ਉਹਨਾਂ ਦੇ ਬਾਰੇ ਸੋਚਦੇ ਹੋ। ਅੱਛੀ ਗੱਲ ਇਹ ਹੈ ਕਿ ਇਹ ਤੁਹਾਡੇ ਚ ਜਿਹੜੀ ਥੋੜੀ ਜਿਹੀ ਨਾਰਾਜ਼ਗੀ ਹੋ ਗਈ, ਬਟ ਤੁਹਾਡੇ ਤਾਲੁਕਾਤ ਨਹੀਂ ਟੁੱਟੇ, ਔਰ ਉਸ ਤੋਂ ਅੱਛੀ ਗੱਲ ਇਹ ਹੈ ਕਿ ਤੁਹਾਡੇ ਬੱਚੇ ਇੱਕ ਦੂਜੇ ਨੂੰ ਚਾਹੁੰਦੇ ਨੇ, ਔਰ ਉਹ ਇਕਦਮ ਤਾਂ ਹੋਇਆ ਨਹੀਂ ਜੀ, ਇਟ ਇਜ਼ ਓਵਰ ਏ ਪੀਰੀਅਡ ਆਫ ਲੌਂਗ ਕੋਰਟਸ਼ਿਪ ਦੋਨਾਂ ਦੀ। ਅੱਛਾ, ਉਹ ਜੋ ਕੁਛ ਵੀ ਫੈਮਿਲੀ 'ਚ ਹੋਇਆ ਉਹ ਬੱਚਿਆਂ ਨੂੰ ਸ਼ਾਇਦ ਪਤਾ ਹੈਗਾ, ਔਰ ਇਹ ਵੀ ਅੱਛੀ ਗੱਲ ਹੈ ਕਿ ਕਮਿਊਨਿਟੀ ਦੋਨੋਂ ਇੱਕੋ ਹੈਗੀਆਂ, ਤੁਹਾਡੀ ਕੁੜੀ ਉਹ ਮੁੰਡੇ ਨੂੰ ਆਪਣੀ ਕਮਿਊਨਿਟੀ ਦੇ ਮੁੰਡੇ ਨੂੰ ਪਸੰਦ ਕਰਦੀ ਹੈਗੀ ਹੈ ਜੀ। ਤੇ ਅਗਰ ਤੁਹਾਨੂੰ ਬਹੁਤਾ ਇਤਰਾਜ਼ ਹੈ, ਇਸ ਕਰਕੇ ਸ਼ੱਕ ਹੈ ਕਿ ਜੀ ਉਹ ਜਿਸ ਤਰ੍ਹਾਂ ਬਿਜ਼ਨਸ 'ਚ ਚਤੁਰਾਈ ਕੀਤੀ ਹੈ ਤੇ ਤੁਹਾਡੀ ਕੁੜੀ ਨਾਲ ਨਾ ਧੋਖਾ ਹੋ ਜਾਏ, ਤੇ ਆਈ ਥਿੰਕ ਉਹਦਾ ਸਵਾਲ ਇਹ ਹੋ ਸਕਦਾ ਕਿ ਸਭ ਤੋਂ ਪਹਿਲੇ ਆਪਣੀ ਬੇਟੀ ਨੂੰ ਕਹਿਣ ਕਿ ਬੇਟਾ ਜੀ ਆਪਣੇ ਫਿਆਂਸੇ ਨਾਲ ਤੁਸੀਂ ਗੱਲ ਖੁੱਲ੍ਹ ਕੇ ਕਰ ਲਓ ਕਿ ਜੀ ਕੋਈ ਅਨਡਿਜ਼ਾਇਰੇਬਲ ਡਿਮਾਂਡ ਜਾਂ ਕੋਈ ਇਹੋ ਜਿਹੀ ਚੀਜ਼ ਸਾਡੀ ਫੈਮਿਲੀ ਤੇ ਨਹੀਂ ਕਰੇਗੀ, ਤੇ ਮੈਂ ਆਪਣੀ ਫੈਮਿਲੀ ਨੂੰ ਮਨਾ ਲਾਂਗੀ ਤੇ ਅਸੀਂ ਆਪਸ 'ਚ ਵਿਆਹ ਦੋਨੋਂ ਕਰ ਸਕਦੇ ਹਾਂ ਐਂਡ ਵੀ ਸ਼ੁੱਡ ਮੂਵ ਔਨ। ਹੁਣ ਇਹ ਤਾਂ ਬੜੀ ਅੱਛੀ ਗੱਲ ਹੈ ਕਿ ਜੇ ਮਾਂ ਪਿਓ ਦੀ ਗਲਤੀਆਂ ਕਰਕੇ ਬੱਚੇ ਦੋ ਫੈਮਿਲੀ ਨੂੰ ਯੂਨਾਈਟ ਕਰ ਦੇਣ, ਇਸ ਤੋਂ ਅੱਛੀ ਗੱਲ ਕੀ ਹੋ ਸਕਦੀ ਹੈ? ਸੋ ਆਈ ਵੁੱਡ ਅਰਜ ਕਿ ਅਗਰ ਤੁਹਾਨੂੰ ਸ਼ੰਕਾ ਹੈ, ਡਰ ਹੈ, ਤੇ ਉਹ ਤੁਸੀਂ ਬੱਚੀ ਦੇ ਥਰੂ ਮੁੰਡੇ ਨਾਲ ਗੱਲ ਕਰਕੇ ਤੇ ਰਿਮੂਵ ਕਰ ਸਕਦੇ ਹੋ। ਬਾਕੀ ਐਸੀ ਕੋਈ ਵੱਡੀ ਗੱਲ ਨਹੀਂ ਹੈ, ਉਹ ਫੈਮਿਲੀ ਤੁਹਾਨੂੰ ਜਾਣਦੀ ਹੈ, ਤੁਸੀਂ ਉਹਨਾਂ ਨੂੰ ਜਾਣਦੇ ਹੋ, ਤੁਸੀਂ ਦੋਨੋਂ ਚੰਗੇ ਰਹੋਗੇ। ਠੀਕ ਹੈ ਬ੍ਰਿੰਦੂ ਜੀ, ਲੈਟਸ ਸੀ, ਥੈਂਕ ਯੂ ਵੈਰੀ ਮੱਚ। ਸੋ ਹੁਣ ਤੱਕ ਜਿੰਨੀਆਂ ਵੀ ਸੁਜੈਸ਼ਨਸ ਆ ਰਹੀਆਂ, ਇਹ ਆ ਰਹੀਆਂ ਕਿ ਯੂ ਨੋ ਇਟਸ ਓਕੇ, ਕੁੜੀ ਦੀ ਪ੍ਰਾਇਰਟੀ, ਕੁੜੀ ਦੀ ਖੁਸ਼ੀ ਦੀ ਪ੍ਰਾਇਰਟੀ ਨੂੰ ਦੇਖ ਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰ ਸਕਦੇ ਹੋ, ਇਤਨੀ ਵੱਡੀ ਗੱਲ ਨਹੀਂ ਹੈ। ਐਂਡ ਆਈ ਲਾਈਕ ਵਟ ਬਰਿੰਦਰ ਜੀ ਸੈਡ ਕਿ ਜਦੋਂ ਚੀਜ਼ ਨਹੀਂ ਨਿਭਦੀ ਤਾਂ ਉਹੀ ਪ੍ਰਸਪੈਕਟਿਵ ਤੁਹਾਡਾ ਇਹ ਹੈ ਕਿ ਉਹੀ ਗਲਤ ਸੀ, ਉਹਨਾਂ ਦਾ ਕੁਛ ਹੋਰ ਹੋਏਗਾ। ਪਰ ਗੱਲਾਂ ਤੋਂ ਇਹ ਵੀ ਪਤਾ ਲੱਗ ਰਿਹਾ ਕਿ ਮੁੰਡੇ ਦੇ ਪੇਰੈਂਟਸ ਜਿਹੜੇ ਆ ਉਹਨਾਂ ਨੇ ਕੁੜੀ ਨੂੰ ਐਕਸੈਪਟ ਕੀਤਾ ਹੋਇਆ, ਉਹਨਾਂ ਦੀ ਰਜ਼ਾਮੰਦੀ ਵਿੱਚ ਹੈਗੀ ਹੈ ਕਿ ਮੁੰਡਿਆ ਪਸੰਦ ਕਰਦਾ ਹੈ ਅਤੇ ਉਹ ਕੁੜੀ ਕਹਿੰਦੀ ਹੈ ਉਹ ਵੀ ਮੈਨੂੰ ਬੜਾ ਪਸੰਦ ਕਰਦੇ ਨੇ। ਸੋ ਉੱਧਰੋਂ ਦੀ ਗੱਲ ਨਹੀਂ ਹੈ। ਸੋ ਇੱਥੇ ਜਿਹੜਾ ਹੈਗਾ ਹੁਣ ਇਹ ਵੀ ਧਿਆਨ ਆਉਂਦਾ ਕਿ ਇੱਕਦਮ ਜਿਹੜੀ ਇਹ ਕੋਲਡਨੈਸ ਔਰ ਕੋਲਡ ਕਹਿੰਦੇ ਨੇ ਨਾ ਕਿ ਬੇਰੁਖੀ ਜੀ ਚੱਲ ਰਹੀ ਹੈ, ਉਹਦੇ ਵਿੱਚ ਤੁਸੀਂ ਸਾਰੇ ਕੀ ਸੁਜੈਸਟ ਕਰਦੇ ਹੋ ਕਿ ਗੱਲ ਕਰ ਲੈਣੀ ਚਾਹੀਦੀ ਹੈ, ਨਹੀਂ ਗੱਲ ਕਰਨੀ ਚਾਹੀਦੀ ਹੈ? ਜਿਵੇਂ ਜਸਪ੍ਰੀਤ ਨੇ ਕਿਹਾ ਗੱਲ ਕਰਨੀ ਚਾਹੀਦੀ ਹੈ, ਮੇ ਬੀ ਜ਼ਿਆਦਾ ਫਾਇਦਾ ਨਹੀਂ ਹੋਏਗਾ। ਬਰਿੰਦਰ ਜੀ ਕਹਿੰਦੇ ਨੇ ਕਿ ਮੁੰਡੇ ਨਾਲ ਗੱਲ ਕਰੋ, ਮੁੰਡਾ ਕੀ ਕਹਿੰਦਾ, ਮੁੰਡੇ ਨੂੰ ਜ਼ਰੂਰ ਦੱਸੋ ਕਿ ਇਹ ਚੀਜ਼ ਧਿਆਨ ਵਿੱਚ ਆਈ ਹੈ। ਸੋ ਤੁਹਾਡਾ ਕੀ ਕਹਿਣਾ ਹੈ ਜ਼ਰੂਰ ਦੱਸੋ। ਲੈਂਦੀ ਹੈ ਇੱਕ ਛੋਟੀ ਜਿਹੀ ਬ੍ਰੇਕ।